ਸਾਸ਼ੀਕਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਆ ਗਗਨ ਸ਼ੁਕਲਾ ਇਸ ਵੇਲੇ ਮੇਰੇ ਨਾਲ ਹਰਜੀਤ ਸਿੰਘ ਪੰਨੂ ਮੌਜੂਰ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਲੋਕਡਾਊਨ ਹੋਇਆ ਹੈ ਸੋਸ਼ਲ ਮੀਡੀਆ ਜਰੀਏ ਬੱਚਿਆਂ ਦੀ ਫੀਸਾਂ ਦਾ ਜਿਹੜਾ ਮੁੱਦਾ ਹੈ ਉਹ ਚੁੱਕਿਆ ਹੋਇਆ ਹੈ ਉਹਨਾਂ ਨੇ ਮਾਪਿਆਂ ਨੂੰ ਲੈ ਕੇ ਫੀਸਾਂ ਨੂੰ ਲੈ ਕੇ ਜਿਹੜੀ ਉਹ ਲਗਾਤਾਰ ਆਪਣਾ ਵਿਊ ਪੁਆਇੰਟ ਹੈ ਉਹ ਸੋਸ਼ਲ ਮੀਡੀਆ ਥਰੂ ਰੱਖ ਰਹੇ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਨ ਲਈ ਅੱਜ ਖਰੜ ਉਹਨਾਂ ਦੇ ਘਰ ਪਹੁੰਚੀਆਂ ਗੱਲਬਾਤ ਕਰਾਂਗੇ ਹਰਜੀਤ ਜੀ ਬਹੁਤ ਸਵਾਗਤ ਹੈ ਜੀ ਜੀ ਸਾਸ਼ੀਕਲ ਭਾਈ ਜੀ ਐਂਡ ਵੈਲਕਮ ਕਰ ਜਨਾਬ ਜਿਹੜਾ ਇਹ ਬੜਾ ਕ੍ਰਿਟੀਕਲ ਜਿਆ ਮੁੱਦਾ ਹੈ ਇਸ ਵੇਲੇ ਕਿਉਂਕਿ ਲਾਕਡਾਊਨ ਹੋਏ ਨੂੰ ਲੰਬਾ ਸਮਾਂ ਹੋ ਗਿਆ ਹੈ ਲੋਕਾਂ ਦੇ ਕੋਲ ਪੈਸੇ ਦੀ ਜਿਹੜੀ ਦਿੱਕਤ ਹੈ ਸਰਕਾਰ ਨੇ ਜਿਸ ਦੇ ਚਲਦੇ ਰਿਲੈਕਸੇਸ਼ਨ ਜਿਹੜੀ ਲਾਕਡਾਊਨ ਜਾਂ ਕਰਫਿਊ ਦੇ ਵਿੱਚ ਦਿੱਤੀ ਹੈ ਸੋ ਜਿਹੜਾ ਫੀਸਾਂ ਇਸ ਵੇਲੇ ਕਾਫੀ ਭਾਰੀ ਮੁੱਦਾ ਕਿਹਾ ਜਾ ਰਿਹਾ ਹੈ ਲੋਕਾਂ ਦੇ ਕੋਲ ਪੈਸੇ ਨਹੀਂ ਹੈਗੇ ਸਕੂਲਾਂ ਵੱਲੋਂ ਫੀਸਾਂ ਦੀ ਮੰਗ ਕੀਤੀ ਗਈ ਆ ਕਿਤੇ ਨਾ ਕਿਤੇ ਜਿਹੜੀਆਂ ਦੋਨੇ ਪਾਰਟੀਆਂ ਉਹ ਅਦਾਲਤਾਂ ਦਾ ਰੁਖ ਕਰ ਚੁੱਕੀਆਂ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਕਾਫੀ ਦਿਨਾਂ ਤੋਂ ਜਿਹੜਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਬੱਚਿਆਂ ਦੀ ਆ ਮਾਪਿਆਂ ਦਾ ਕੀ ਹੈ ਜੀ ਹਾਂ ਬ੍ਰਦਰ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਰੂਲਿੰਗ ਪਾਰਟੀ ਦੀ ਪਰ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਇਹ ਸਾਰੀਆਂ ਇੱਕੋ ਥੈਲੀ ਦੇ ਚੱਟੇ ਬੱਟੇ ਨੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਰੂਲਿੰਗ ਪਾਰਟੀ ਦੀ ਰੂਲਿੰਗ ਪਾਰਟੀ ਗੱਲ ਪੰਜਾਬ ਦੀ ਕਰ ਰਿਹਾ ਹਾਂ ਹਾਂਜੀ ਬਿਲਕੁਲ ਪੰਜਾਬ ਦੀ ਰੂਲਿੰਗ ਪਾਰਟੀ ਦੀ ਮੈਂ ਗੱਲ ਕਰਨ ਲੱਗਿਆ ਤੇ ਇਸ ਟਾਈਮ ਇਸ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਤੇ ਮੈਂ ਇਸੇ ਸਰਕਾਰ ਦੀ ਗੱਲ ਕਰਨ ਲੱਗਿਆ ਕਿਉਂਕਿ ਇਹ ਰੂਲਿੰਗ ਪਾਰਟੀ ਜਿਹੜੀ ਹੁਣ ਆਪਾਂ ਲਗਾਈਏ ਤੇ ਜਿਹੜੇ ਦੋ ਸਕੂਲ ਨੇ ਸਭ ਤੋਂ ਵੱਡੇ ਸਕੂਲ ਨੇ ਪਟਿਆਲਾ ਤੇ ਮੁਹਾਲੀ ਦੇ ਜਿਹਦੇ ਵਿੱਚ ਆਉਂਦਾ ਵਾਈਪੀਐਸ ਸਕੂਲ ਹੈ ਇਹ ਖੁਦ ਰਾਜ ਘਰਾਣੇ ਦੇ ਸਕੂਲ ਨੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸਾਡੇ ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ ਹੈ ਹੁਣ ਇਸ ਦੇ ਵਿੱਚ ਆਪਾਂ ਆ ਜਾਨੇ ਇਸ ਦੇ ਸਭ ਤੋਂ ਵੱਡੇ ਸਕੂਲ ਜਿਵੇਂ ਤੁਸੀਂ ਲਗਾ ਲੋ ਕੇ ਡੀਪੀਐਸ ਸਕੂਲ ਹੈ ਇਹ ਕਿਹਾ ਜਾਂਦਾ ਕਿ ਪਵਨ ਪੰਸਲ ਜੀ ਦਾ ਤੇ ਸਾਡੇ ਹੋਰ ਕਈ ਜਿਵੇਂ ਗਿਲਕੋ ਇੰਟਰਨੈਸ਼ਨਲ ਸਕੂਲ ਆ ਗਿਆ ਇਹ ਵੀ ਰਾਜਨੀਤਿਕ ਸਾਡੇ ਹਲਕਾ ਇੰਚਾਰ ਸਾਹਿਬ ਦਾ ਤੇ ਅਸੀਂ ਹੁਣ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਜਦੋਂ ਇਹ ਜਿਹੜੇ ਸਕੂਲ ਨੇ ਇਹਨਾਂ ਰਾਜਨੀਤਿਕ ਲੋਕਾਂ ਦੇ ਸਕੂਲ ਨੇ ਤੇ ਮਾਪਿਆਂ ਨੂੰ ਇੱਥੇ ਰੋਕਦੇ اگر ਤੁਸੀਂ کہہ ਰਹੇ ਹੋ ਕਿ اس سکول ਉਹਨਾਂ ਦਾ ਹੈ اس سکول ਉਹਨਾਂ ਦਾ ਹੈ ਇਸ سکول ਉਹਨਾਂ ਦਾ ਹੈ اگر اس ਤੁਹਾਨੂੰ ਕੀ ਇਤਰਾਜ਼ ਹੈ اگر کوئی بندا پیسے ਲਗਾ ਕੇ ਆਪਣਾ بزنس ਖੋਲਦਾ ਹੈ ਤਾਂ ਇਸ ਤੇ ਤੁਹਾਨੂੰ ਕੀ ਇਤਰਾਜ਼ ਹੈ ਜੀ ਸਰ ਇਤਰਾਜ਼ ਕੋਈ ਨਹੀਂ ਪਰ ਜਿਹੜੀਆਂ ਜਦੋਂ ਆਪਾਂ ਸਕੂਲ ਖੋਲਦੇ ਹਾਂ ਤੇ ਸਕੂਲ ਦੀਆਂ ਜਿਹੜੀਆਂ CBSE ਦੀਆਂ ਬੋਰਡ ਦੀਆਂ ਜਾਂ ਜਿਹੜੇ ਰੈਗੂਲੇਸ਼ਨ ਆਫ ਫੀਸ ਆਫ ਅਨਐਡਿਟਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਬਿਲ 2016 ਉਹਦੀਆਂ ਗਾਈਡਲਾਈਨਸ ਤਾਂ ਫੋਲੋ ਹੋਣੀਆਂ ਚਾਹੀਦੀਆਂ ਨਾ ਉਹ ਗਾਈਡਲਾਈਨਸ ਇਹ ਕਹਿੰਦੀਆਂ ਨੇ ਕਿ ਜਿਹੜਾ ਤੁਸੀਂ ਸਕੂਲ ਚਲਾਉਨੇ ਹੋ ਉਹ ਸਕੂਲ ਚਾਹੇ ਕੋਈ ਸੁਸਾਇਟੀ ਚਲਾਉਂਦੀ ਹੈ ਚਾਹੇ NGO ਚਲਾਉਂਦੀ ਕੋਈ ਵੀ ਚਲਾਉਂਦੀ ਹੈ ਉਹ ਨੋ ਪ੍ਰੋਫਿਟਿੰਗ ਕਰੇਗੀ ਤੇ ਕਮਰਸ਼ੀਅਲਾਈਜੇਸ਼ਨ ਸਕੂਲ ਦੀ ਨਹੀਂ ਕਰ ਸਕਦੀ ਤਾਂ ਤੁਸੀਂ ਕਹਿ ਰਹੇ ਹੋ ਕਿ ਰਾਜ ਘਰਾਣੇ ਦੇ ਸਕੂਲ ਨੇ ਕੀ ਉਹ ਇਹਨਾਂ ਜਿਹੜੀਆਂ ਹਦਾਇਤਾਂ ਨੂੰ ਫੋਲੋ ਨਹੀਂ ਕਰਦੇ ਬਿਲਕੁਲ ਤੁਹਾਡੇ ਸਾਹਮਣੇ ਹੈ ਬਾਈ ਜੀ ਹੁਣ ਤੁਸੀਂ ਲਗਾ ਲਓ ਵੀ ਇਹਨਾਂ ਸਕੂਲਾਂ ਦੀ ਫੀਸ ਹੈ ਜਿਹੜੀ ਫੀਸ ਵੀ ਸਭ ਤੋਂ ਜ਼ਿਆਦਾ ਤੇ ਬੱਚੇ ਵੀ ਨਾ ਸਕੂਲਾਂ ਵਿੱਚ ਸਭ ਤੋਂ ਜ਼ਿਆਦਾ ਇੱਕ ਮੈਂ ਤੁਹਾਨੂੰ ਨੋਰਮਲ ਜੀ ਗੱਲ ਦੱਸ ਦਿੰਨਾ ਇੱਕ ਆਪਾਂ ਵੈਸੇ ਅੰਕੜਾ ਲਾ ਲਈਏ ਵੀ ਜੇ ਕਿਸੇ ਸਕੂਲ ਦੇ ਵਿੱਚ 2000 ਬੱਚਾ ਹੈ ਤੇ ਤੁਸੀਂ 4000 ਫੀਸ ਲਗਾ ਲਓ ਪਰ ਮੰਥ ਤੇ 80 ਲੱਖ ਰੁਪਿਆ ਮਹੀਨਾ ਬਣ ਗਿਆ ਬਾਈ ਜੀ 80 ਲੱਖਸ ਪਰ ਮੰਥ ਪ੍ਰੋਫਿਟ ਹੈ ਸਕੂਲ ਦਾ ਉਸ ਤੋਂ ਬਾਅਦ ਇਹ 10000 ਰੁਪਿਆ ਜਿਹੜੀ ਐਨੂਅਲ ਫੀਸ ਹੈ ਉਹ ਵੀ ਲੈਂਦੇ ਨੇ ਤੇ 2 ਕਰੋੜ ਰੁਪਿਆ ਸਾਲ ਦਾ ਉਹ ਹੋ ਗਿਆ ਠੀਕ ਹੈ ਤੇ ਜੇ ਆਪਾਂ 80 ਲੱਖ ਦੇ ਵਿੱਚੋਂ ਹੁਣ ਤੁਸੀਂ ਲਗਾ ਲਓ ਜੇ 40 ਟੀਚਰ ਨੇ ਇੱਕ ਟੀਚਰ ਦੀ 15000 ਤਨਖਾਹ ਦਿੱਤੀ ਜਾਂਦੀ ਹੈ ਤੇ 6 ਲੱਖ ਰੁਪਏ ਬਣਦਾ ਲੱਖ ਰੁਪਏ ਤੁਸੀਂ ਬਿਜਲੀ ਦਾ ਖਰਚਾ ਲਗਾ ਲਓ ਤੇ ਹੋਰ 6-7 ਲੱਖ ਰੁਪਏ ਤੁਸੀਂ ਲਗਾ ਲਓ ਵੀ ਹੋਰ ਇਨਫਰਾਸਟ੍ਰਕਚਰ ਦਾ ਜਾਂ ਹੋਰ ਖਰਚੇ ਨੇ 15 ਲੱਖ ਰੁਪਏ ਸਕੂਲ ਦਾ ਖਰਚਾ ਵੱਧ ਤੋਂ ਵੱਧ ਹੁੰਦਾ ਇੱਕ ਮਹੀਨੇ ਦਾ ਪਰ ਇਹ ਲੈ ਰਹੇ 80 ਲੱਖ ਰੁਪਏ 65 ਲੱਖ ਰੁਪਏ ਪ੍ਰੋਫਿਟ 'ਚ ਸਕੂਲ ਪਹਿਲਾਂ ਹੀ ਜਾ ਰਿਹਾ ਠੀਕ ਹੈ ਉਸ ਦੇ ਹਿਸਾਬ ਨਾਲ ਜੇ ਤੁਸੀਂ ਲਗਾਉਨੇ ਹੋ ਇੱਕ ਸਾਲ ਦਾ ਤੇ 12 672 ਤੇ 12 560 ਯਾਨੀ ਕਿ ਆਪਣਾ 7 ਕਰੋੜ ਦੇ ਲਗਭਗ ਇਹਨਾਂ ਨੂੰ ਬਚਦਾ ਇੱਕ ਸਾਲ ਦਾ ਜਿਹਦੇ ਵਿੱਚ 2 ਕਰੋੜ ਆਪਾਂ ਐਨੂਅਲ ਚਾਰजेस ਐਡ ਕਰ ਦਈਏ ਤੇ 9 ਕਰੋੜ ਰੁਪਈਆ ਜਿਹੜਾ ਇਹ ਸਕੂਲ ਹੈ ਇਹ ਆਪਣਾ ਇਹਨਾਂ ਨੂੰ ਪ੍ਰੋਫਿਟ ਹੋ ਰਿਹਾ ਹੈ ਇੱਕ ਮੇਰੀ ਹੋਰ ਗੱਲ ਹੈ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਦਾ ਜਿਹੜੀਆਂ CBSE ਦੀ ਗਾਈਡਲਾਈਨਸ ਹੈ ਉਹ ਕੀ ਕਹਿੰਦੀ ਹੈ ਕਿਉਂਕਿ ਇਹ ਕੀ ਚੀਜ਼ਾਂ ਜਿਹੜੀਆਂ ਫੋਲੋ ਨਹੀਂ ਕਰ ਰੋਏ ਜਿਹੜੇ CBSE ਜਿਹੜੀ ਗਾਈਡਲਾਈਨਸ ਨੇ ਉਹ ਕੀ ਨੇ ਕਿ ਜਿਹੜੀ ਕਿੰਨੀ ਫੀਸ ਹੈ ਉਹ ਇਹਨਾਂ ਨੂੰ ਲੈਣੀ ਚਾਹੀਦੀ ਹੈ ਸਰ ਫੀਸ ਤਾਂ ਜੇ ਹੁਣ ਆਪਾਂ ਇੱਕ ਖਰਚੇ ਦੇ ਹਿਸਾਬ ਨਾਲ ਲਗਾਈਏ ਤੇ ਪਰ ਸਟੂਡੈਂਟ ਜਿਹੜਾ ਪਰ ਬੱਚਾ ਇੱਕ ਖਰਚਾ ਬਣਦਾ ਉਹ ਵੱਧ ਤੋਂ ਵੱਧ 1000 ਤੋਂ 1500 ਰੁਪਿਆ ਫੀਸ ਜਿਹੜੀ ਪ੍ਰਾਈਵੇਟ ਸਕੂਲ ਦੀ ਹੈ ਉਨੀ ਫੀਸ ਲੈ ਕੇ ਉਹ ਉਹ ਸਕੂਲ ਨੂੰ ਚਲਾ ਸਕਦੇ ਆ ਜਿਹਦੇ ਵਿੱਚ ਜਿਹੜੀ ਗਾਈਡਲਾਈਨ ਹੈ ਨੋ ਪ੍ਰੋਫਿਟਿੰਗ ਵਾਲੀ ਤੇ ਕਮਰਸ਼ੀਅਲਾਈਜੇਸ਼ਨ ਵਾਲੀ ਉਹ ਫਾਲੋ ਹੋ ਸਕਦੀ ਹੈ ਤੇ ਇਸ ਕਰਕੇ ਇਹਦਾ ਜਿਹੜੀ ਫੀਸ 6000 7000 ਹੁਣ ਬ੍ਰਦਰ ਕੇਜੀ ਕਲਾਸ ਦੀ ਫੀਸ 6000 ਰੁਪਿਆ ਕੇਜੀ ਕਲਾਸ ਦੀ ਫੀਸ ਕਈ ਸਕੂਲ ਲੈਂਦੇ ਨੇ ਉਹਦੇ ਵਿੱਚੋਂ ਕਹਿੰਦੇ ਨੇ ਕਿ ਅਸੀਂ ਆਨਲਾਈਨ ਕਲਾਸ ਦੇ ਰਹੇ ਹਾਂ ਬੱਚੇ ਨੂੰ ਕੇਜੀ ਦੇ ਬੱਚੇ ਨੂੰ ਇੱਕ ਕੇਜੀ ਦੇ ਬੱਚੇ ਨੂੰ ਤੁਸੀਂ ਆਨਲਾਈਨ ਕਲਾਸ ਕੀ ਦੇਵੋਗੇ ਬਾਈ ਜੀ ਕਿਉਂਕਿ ਉਹਦੇ ਵਿੱਚ ਹੁਣ ਤੁਸੀਂ ਕੇਜੀ ਦੇ ਬੱਚੇ ਨੂੰ ਤਾਂ ਫੋਨ ਦਾ ਹੀ ਨਹੀਂ ਪਤਾ ਉਹ ਕੀ ਉਹ ਉੱਥੇ ਨੌਲੇਜ ਗੇਨ ਕਰੇਗਾ ਇੱਕ ਫੋਨ ਤੇ ਆਨਲਾਈਨ ਕਲਾਸ ਚ ਕੀ ਨੌਲੇਜ ਗੇਨ ਕਰੇਗਾ ਇਸ ਕਰਕੇ ਜਿਹੜਾ ਇਹ ਸਿਸਟਮ ਹੈਗਾ ਹੁਣ ਤੁਸੀਂ ਇਹ ਬਿਲਕੁਲ ਇੱਕ ਨੈਕਸਸ ਕ੍ਰੀਏਟ ਹੋ ਰੱਖਿਆ ਪ੍ਰਾਈਵੇਟ ਸਕੂਲਾਂ ਦਾ ਪੇਰੈਂਟਸ ਦੇ ਉੱਤੇ ਇੱਕ ਇਹਨਾਂ ਦਾ ਦਬਦਬਾ ਬਣਾ ਰੱਖਿਆ ਐਡਮਿਨਿਸਟ੍ਰੇਸ਼ਨ ਦੇ ਉੱਤੇ ਹਨਾ ਇਹਨੂੰ ਬ੍ਰੇਕ ਕਰਨਾ ਜ਼ਰੂਰੀ ਹੈ ਜਦੋਂ ਤੱਕ ਇਹ ਬ੍ਰੇਕ ਨਹੀਂ ਹੋਏਗਾ ਤੇ ਇੱਥੇ ਪੇਰੈਂਟਸ ਨੂੰ ਜਿਹੜੀ ਹੈਗੀ ਆ ਸਰਕਾਰ ਨੇ ਤਾਂ ਲਾਕਡਾਊਨ ਦੌਰਾਨ ਸਕੂਲਾਂ ਨੂੰ ਫੀਸ ਲੈਣ ਤੋਂ ਮਨਾ ਕੀਤਾ ਸੀਗਾ ਸਰਕਾਰ ਦੇ ਜਿਹੜੇ ਫੈਸਲੇ ਨੇ ਤੁਸੀਂ ਉਹਨਾਂ ਲਈ ਕਿੰਨੇ ਆ ਉਹਨਾਂ ਤੋਂ ਕਿੰਨੇ ਕਿ ਜਿਹੜੇ ਸੰਤੁਸ਼ਟ ਜਾਪਦੇ ਹੋ ਭਾਜੀ ਹੁਣ ਮੈਂ ਇੱਥੇ ਗੱਲ ਕਰਨ ਲੱਗਿਆ ਜਿਹੜੀ ਲੋਕਾਂ ਦੀ ਹਮਾਇਤ ਪਾਰਟੀ ਹੈ ਆਮ ਆਦਮੀ ਪਾਰਟੀ ਮੈਂ ਹੁਣ ਉਹਦੀ ਗੱਲ ਕਰੂੰਗਾ ਉਹਦੇ ਵਿੱਚ ਇਹ ਹੈ ਕਿ ਇੱਕ ਗੱਲ ਇੱਥੇ ਇਹ ਵੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਮੇਨ ਲੀਡਰ ਨੇ ਚਾਹੇ ਉਹ ਭਗਵੰਤ ਮਾਨ ਜੀ ਨੇ ਅਮਨ ਅਰੋੜਾ ਨੇ ਹਰਪਾਲ ਚੀਮਾ ਜੀ ਨੇ ਉਹਨਾਂ ਨੇ ਪੇਰੈਂਟਸ ਦੇ ਹੱਕ ਵਿੱਚ ਇੱਕ ਵਾਰ ਆਵਾਜ਼ ਨਹੀਂ ਚੁੱਕੀ ਕੀ ਫੀਸਾਂ ਨਹੀਂ ਲੈਣੀਆਂ ਚਾਹੀਦੀਆਂ ਲੋਕਡਾਊਨ ਦੇ ਵਿੱਚ ਉਹਦਾ ਹੁਣ ਇੱਕ ਕਾਰਨ ਇਹ ਆ ਮੈਂ ਇੱਥੇ ਕਹੂੰਗਾ ਕਿ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਵਿਜੇਂਦਰ ਸਿੰਘਲਾ ਜੀ ਉਹਨਾਂ ਨੇ ਜਿਹੜੀ ਕਾਪੀ ਹੈ ਸਾਡੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸੋਧਿਆ ਜੀ ਨੇ 17 April 2020 ਨੂੰ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਸਿਰਫ ਟਿਊਸ਼ਨ ਫੀਸ ਲੈ ਸਕਦੇ ਆ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੀ ਇਹ ਟਿਊਸ਼ਨ ਫੀਸ ਵਾਲਾ ਜਿਹੜਾ ਬੋਝ ਪਾਇਆ ਗਿਆ ਇਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਲੋਕਾਂ ਤੇ ਪਾਇਆ ਗਿਆ ਤੇ ਸਾਡੇ ਜਿਹੜੇ ਮੰਤਰੀ ਸਾਹਿਬ ਸੀ ਉਹਨਾਂ ਨੇ ਸੇਮ ਟੂ ਸੇਮ ਚੱਕ ਕੇ ਕਾਪੀ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ ਕਿ ਇੱਥੇ ਵੀ ਸਕੂਲ ਆ ਜਿਹੜੇ ਉਹ ਟਿਊਸ਼ਨ ਫੀਸ ਲੈ ਸਕਦੇ ਨੇ ਹੋਰ ਕੋਈ ਫੀਸ ਨਹੀਂ ਲੈ ਸਕਦੇ ਜੋ ਸਟੇਟਮੈਂਟ ਉਹਨਾਂ ਦੀ ਸੀ ਉਹੀ ਸਟੇਟਮੈਂਟ ਇੱਥੇ ਇਹਨਾਂ ਵੱਲੋਂ ਦੇ ਦਿੱਤੀ ਗਈ ਹੁਣ ਉੱਥੇ ਇਹ ਹੈ ਕਿ ਜਿਹੜੀਆਂ ਇਹ ਲੋਕਾਂ ਦੀਆਂ ਹਮਾਇਤ ਪਾਰਟੀਆਂ ਕਹਿੰਦੀਆਂ ਨੇ ਕਿ ਅਸੀਂ ਗਰਾਊਂਡ ਲੈਵਲ ਦੇ ਵਰਕਰ ਆ ਲੀਡਰ ਆ ਇਹਨਾਂ ਵੱਲੋਂ ਆਵਾਜ਼ ਨਹੀਂ ਚੁੱਕੀ ਜਾ ਰਹੀ ਕਿਉਂਕਿ ਜਿਹੜਾ ਇਹ ਸਾਰਾ ਬੋਝ ਥੋਪਿਆ ਗਿਆ ਪੰਜਾਬ ਦੇ ਲੋਕਾਂ ਤੇ ਟਿਊਸ਼ਨ ਫੀਸਾਂ ਵਾਲਾ ਇਹ ਕਿਤਨਾ ਕਿਤੇ ਜਿਹੜੀ ਸ਼ੁਰੂਆਤ ਹੈ ਇਹਦੀ ਇਹ ਆਮ ਆਦਮੀ ਪਾਰਟੀ ਵੱਲ ਤੁਹਾਡਾ ਕਹਿਣਾ ਹੈ ਕਿ ਇਸੇ ਕਰਕੇ ਜਿਹੜੇ ਆ ਭਗਵੰਤ ਮਾਨ ਨੇ ਜਾਂ ਅਮਨ अरोड़ा ਹੁਣ ਚੀਮਾ ਸਾਹਿਬ ਹੁਣ ਇਹ ਦਿੱਲੀ ਉਹਨਾਂ ਦੇ ਜਿਹੜੇ ਭਾਈ ਕਮਾਂਡ ਉਹਨਾਂ ਤੋਂ ਡਰਦੇ ਨਹੀਂ ਬੋਲਦੇ ਬਿਲਕੁਲ ਭਾਈ ਜੀ ਕਿੰਨਾ ਕਿਤੇ ਪ੍ਰੈਸ਼ਰ ਤਾਂ ਹਾਈ ਕਮਾਂਡ ਦੀ ਹੈ ਜਦੋਂ ਹੁਣ ਕਾਂਗਰਸ ਪਾਰਟੀ ਕੋਈ ਗੱਲ ਕਰਦੀ ਹੈ ਤਾਂ ਲੋਕ ਕਹਿੰਦੇ ਨੇ ਜੀ ਦਿੱਲੀ ਹਾਈ ਕਮਾਂਡ ਹੈ ਉਹਨਾਂ ਤੋਂ ਡਰਦੇ ਐ ਕੋਈ ਬੋਲਦੇ ਨਹੀਂ ਹੈ ਕੋਈ ਆਪਣਾ ਡਿਸੀਜਨ ਨਹੀਂ ਲੈ ਸਕਦੇ ਤੇ ਉਹੀ ਸਿਸਟਮ ਸੇਮ ਹੈ ਆਮ ਆਦਮੀ ਪਾਰਟੀ ਵੀ ਹੋਣਾ ਸੀ ਤਾਂ ਇਹੀ ਕਹਾਂਗੇ ਕਿ ਦਿੱਲੀ ਤੋਂ ਚੱਲ ਰਹੀ ਹੈ ਨਹੀਂ ਤਾਂ ਇਹ ਜਿਵੇਂ ਲੋਕਾਂ ਦੇ ਹਰੇਕ ਚੀਜ਼ ਦਾ ਚਾਹੇ ਸ਼ਰਾਬ ਦਾ ਮੁੱਦਾ ਚਾਹੇ ਰੇਤੇ ਦਾ ਪੱਥਰ ਦਾ ਐ ਕੋਈ ਹੋਰ ਮੁੱਦੇ ਨੇ ਰੋਜ਼ ਡਿਬੇਟ ਕਰਦੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਬੈਠ ਕੇ ਚਾਹੇ ਅਮਨ अरोड़ा ਜੀ ਭਗਵੰਤ ਮਾਨ ਹਰਪਾਲ ਚੀਮਾ ਜੀ ਸੰਧੋਵਾ ਸਾਹਿਬ ਕੋਈ ਵੀ ਨੇ ਉਹ ਸਾਰੇ ਰੋਜ਼ ਡਿਬੇਟ ਕਰਦੇ ਨੇ ਤੇ ਉੱਥੇ ਕਹਿੰਦੇ ਨੇ ਕਿ ਕਪੜਾ ਹੋਇਆ ਜੀ ਐਡਾ ਆ ਜਿਹੜਾ ਕਰੋੜਾ ਰੁਪਏ ਦਾ ਫੀਸਾਂ ਦਾ ਕਪੜਾ ਹੋ ਰਿਹਾ ਮਾਪਿਆਂ ਤੇ ਬੋਝ ਪਾਇਆ ਜਾ ਰਿਹਾ ਇਹ ਨਹੀਂ ਇਹਨਾਂ ਨੂੰ ਦਿਖਦਾ ਕਿ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਕਪੜਾ ਹੀ ਹੈ ਨਾ ਕਰੋੜਾ ਰੁਪਏ ਦਾ ਜਿਹੜੇ ਸਕੂਲ ਗਾਈਡਲਾਈਨਸ ਨੂੰ ਸਾਈਡ ਲਾਈਨ ਕਰਕੇ ਤੇ ਆਪਣਾ ਦਿਸ਼ਾ ਨਿਰਦੇਸ਼ ਨਹੀਂ ਮੰਨ ਰਹੇ ਤੇ ਕਰੋੜਾ ਰੁਪਿਆ ਕਮਾ ਰਹੇ ਆ ਇਹ ਵੀ ਇੱਕ ਤਰ੍ਹਾਂ ਦਾ ਕਪੜਾ ਹੀ ਆ ਤੁਸੀਂ ਕਹਿ ਰਹੇ ਹੋ ਕਿ ਰਾਜਕਰਾਨੇ ਦੇ ਸਕੂਲ ਨੇ ਸਾਬਕਾ ਸੰਸਦ ਦਾ ਸਕੂਲ ਹੈ ਚੰਡੀਗੜ੍ਹ ਤਾਂ ਕਿਵੇਂ ਦੇਖਦੇ ਹਾਂ ਫਿਰ ਇਹ ਲੋ ਜਿਹੜੇ ਲੀਡਰਸ ਨੇ ਇਹ ਸਰਕਾਰ ਲੋਕਾਂ ਦੇ ਹਿੱਤਾਂ ਦੀਆਂ ਪਾਲਿਸੀਆਂ ਤਿਆਰ ਕਰ ਸਕਦੇ ਨੇ ਦੇਖੋ ਪਾਲਿਸੀਆਂ ਤਾਂ ਹੁਣ ਜਿਵੇਂ 2016 ਦਾ ਬਿਲ ਬਣਿਆ ਦਾ ਰੈਗੂਲੇਸ਼ਨ ਆਫ ਫੀਸ ਆਫ ਅਨੈਡਿਡ ਐਜੂਕੇਸ਼ਨਲ ਇੰਸਟੀਟਿਊਟ ਬਿਲ 2016 ਚ ਬਣਿਆ ਕਾਲੀ ਗਵਰਨਮੈਂਟ ਨੇ ਬਣਾਇਆ ਪਰ ਉਹਨੂੰ ਹੁਣ ਤੱਕ ਇੰਪਲੀਮੈਂਟ ਨਹੀਂ ਕੀਤਾ ਗਿਆ ਦੇਖੋ ਕੀ ਸੀਗਾ ਥੋੜਾ ਦਰਸ਼ਕਾਂ ਨੂੰ ਸਮਝਾਉਣਾ ਉਸ ਬਿਲ ਦੇ ਵਿੱਚ ਸੀਗਾ ਬਾਈ ਜੀ ਉਸ ਬਿਲ ਦੇ ਵਿੱਚ ਵੀ ਸੇਮ ਇਹੀ ਸੀਗਾ ਕਿ ਜਿਹੜੇ ਸਕੂਲਸ ਨੇ ਇਹ ਨਾਨ-ਪ੍ਰੋਫਿਟਰਿੰਗ ਤੇ ਕਮਰਸ਼ੀਅਲਾਈਜੇਸ਼ਨ ਜਿਹੜੀ ਐ ਐਜੂਕੇਸ਼ਨ ਦੀ ਉਹ ਨਹੀਂ ਕਰ ਸਕਦੇ 1 ਰੁਪਿਆ ਵੀ ਆਪਣੇ ਲਈ ਉਹ ਯੂਜ਼ ਨਹੀਂ ਕਰ ਸਕਦੇ ਆਪਣੇ ਪ੍ਰੋਫਿਟ ਦੇ ਲਈ ਜੋ ਉਸ ਬੱਚਿਆਂ ਤੋਂ ਫੀਸ ਲਈ ਜਾਂਦੀ ਹੈ ਉਹ ਫੀਸ ਜਿੰਨੀ ਬਣਦੀ ਹੈ ਸਕੂਲ ਦੇ ਲਈ ਹੀ ਯੂਜ਼ ਹੋਏਗੀ ਚਾਹੇ ਉਹ ਸਕੂਲ ਦਾ ਇਨਫਰਾਸਟ੍ਰਕਚਰ ਹੈ ਚਾਹੇ ਲੈਬ ਦਾ ਖਰਚਾ ਹੈ ਚਾਹੇ ਟੀਚਰਾਂ ਦੀ ਸੈਲਰੀ ਹੈ ਜੋ ਹੋਰ ਸਟਾਫ ਹੈ ਉਹਦੀ ਸੈਲਰੀ ਹੈ ਉਸ ਤੋਂ ਉੱਪਰ ਕੋਈ ਵੀ ਸਕੂਲ 1 ਰੁਪਿਆ ਨਹੀਂ ਚਾਰਜ ਕਰ ਸਕਦਾ ਤੇ ਜਿਹੜੀ ਸਕੂਲ ਦੀ ਬੈਲੈਂਸ ਸ਼ੀਟ ਹੈ ਉਹ ਇਹਨਾਂ ਨੂੰ ਮੇਨਟੇਨ ਕਰਨੀ ਪੈਂਦੀ ਹੈ ਕਿਸੇ ਸਾਰਵਜਨਿਕ ਜਗ੍ਹਾ ਤੇ ਸਪਸ਼ਟ ਪਲੇਸ ਤੇ ਪਰ ਇਹ ਕਿਸੇ ਵੀ ਸਕੂਲ ਵੱਲੋਂ ਇਹ ਗਾਈਡਲਾਈਨ ਫਾਲੋ ਨਹੀਂ ਕੀਤੀਆਂ ਜਾਂਦੀਆਂ ਤੁਹਾਨੂੰ ਕੀ ਲੱਗਦਾ ਇਹ ਬਿੱਲ ਕਾਂਗਰਸ ਜਦੋਂ ਸੱਤਾ ਚਾਹੀਏ ਤਾਂ ਕੀ ਕਰ ਰਹੇ ਆ ਇਹ ਬਿੱਲ ਨੂੰ ਇੰਪਲੀਮੈਂਟ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਜੇ ਇਹ ਬਿੱਲ ਇੰਪਲੀਮੈਂਟ ਹੁੰਦਾ ਤਾਂ ਮਾਪਿਆਂ ਤੇ ਬਹੁਤ ਜਿਹੜਾ ਵਰਜੈਂਸੀ ਘਟ ਜਾਣਾ ਸੀ ਕੀ ਲੱਗਦਾ ਕਿ ਇਹ ਤੁਹਾਨੂੰ ਕਿਉਂ ਨਹੀਂ ਹੋਇਆ ਕਿਉਂਕਿ ਗੱਲ ਫੇਰ ਉਹੀ ਆ ਜਾਂਦੀ ਬਾਈ ਜੀ ਜਦੋਂ ਖੁਦ ਰਾਜਨੀਤਿਕ ਲੋਕਾਂ ਦੇ ਸਕੂਲ ਨੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਰਾ ਮਿਲਿਆ ਜੁਲਿਆ ਬਾਈ ਜੀ ਸਾਰਾ ਰਾਜਨੀਤਿਕ ਪਾਰਟੀਆਂ ਦਾ ਚੱਟੇ ਵੱਟੇ ਇਕੱਠੇ ਹੀ ਆ ਸਾਰੇ ਹਨਾ ਇਸ ਕਰਕੇ ਇਹਨਾਂ ਨੂੰ ਘਾਟਾ ਪੈਣਾ ਕਰੋੜਾ ਰੁਪਏ ਦਾ ਤੇ ਜਦੋਂ ਇੱਕ ਬੰਦੇ ਨੂੰ ਕਰੋੜਾ ਰੁਪਏ ਦਾ ਘਾਟਾ ਪੈਂਦਾ ਹੋਵੇ ਤੇ ਉਹ ਕਿਉਂ ਬਿਲ ਲਾਗੂ ਕਰਨਗੇ ਅਦਾਲਤ ਦਾ ਦਰਵਾਜ਼ਾ ਤੁਸੀਂ ਖੜਕਟਾਇਆ ਕੀ ਰਿੱਟ ਕੀ ਪਾਈ ਹੈ ਹੁਣ ਤੁਸੀਂ ਉਸ ਅਸੀਂ ਭਾਈ ਉਹ ਰਿੱਟ ਦੇ ਵਿੱਚ ਜਿਹੜਾ ਇੱਕ ਤਾਂ 3 ਮਹੀਨੇ ਦੀ ਜਿਹੜੀ ਫੀਸ ਹੈ ਵੀ ਚਲੋ ਆ ਮਾਰਾ ਟਾਈਮ ਚੱਲ ਰਿਹਾ ਇਸ ਦੇ ਵਿੱਚ ਮਾਫ ਹੋਣੀ ਚਾਹੀਦੀ ਹੈ ਹਨਾ ਤੇ ਦੂਜਾ ਉਹਦੇ ਚ ਇਹ ਹੈ ਵੀ ਜਿਹੜੀਆਂ ਗਾਈਡਲਾਈਨਸ ਹਨ ਆ ਮੈਂ ਤੁਹਾਨੂੰ ਦੱਸ ਕੀ ਹਟੀਆਂ ਹਨਾ ਇਹ ਕੋਈ ਵੀ ਸਕੂਲ ਫੋਲੋ ਨਹੀਂ ਕਰ ਰਿਹਾ ਤੇ ਇਹਨਾਂ ਦੀ ਬੈਲੈਂਸ ਸ਼ੀਟਾਂ ਚੈੱਕ ਹੋਣੀਆਂ ਚਾਹੀਦੀਆਂ ਉਹ ਸਾਰਾ ਕੁਝ ਅਸੀਂ ਰਿੱਟ ਦੇ ਵਿੱਚ ਜਿਹੜਾ ਹੈ ਉਹ ਪਾਇਆ ਤੇ ਜਿਵੇਂ ਪੰਜਾਬ ਸਰਕਾਰ ਦਾ 1392 ਕਰੋੜ ਰੁਪਏ ਦਾ ਬਜਟ ਆ ਬਾਈ ਜੀ ਸਿੱਖਿਆ ਬਜਟ ਕੀ ਪੰਜਾਬ ਸਰਕਾਰ ਹੁਣ ਇੰਨੇ ਜੋਗੀ ਵੀ ਨਹੀਂ ਸਗੀ ਕਿ ਇਸ ਟਾਈਮ ਤੇ ਉਸ ਬਜਟ ਦੇ ਵਿੱਚੋਂ ਹੀ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਦੇ ਦਿੰਦੀ। ਹੋਰ ਬੜੇ ادارے ਨੇ ਜਿਨ੍ਹਾਂ ਦੀਆਂ ਤਨਖਾਹਾਂ ਘੱਟ ਕਰ ਦਿੱਤੀਆਂ ਗਈਆਂ ਤੇ ਹਨਾ ਆਪਣਾ ਕੀ ਕਹਿੰਨੇ ਹੁਣ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਬਕਾਇਆ ਨਹੀਂ ਮਿਲ ਰਿਹਾ ਉਹਨਾਂ ਦੇ ਬੱਚੇ ਵੀ ਪੜ੍ਹਦੇ ਨੇ ਸਕੂਲਾਂ ਦੇ ਵਿੱਚ। ਉਹ ਫੀਸਾਂ ਕਿੱਥੋਂ ਭਰਨਗੇ? ਇਹ ਆਪਾਂ ਸਿਰਫ ਇਹਨਾਂ ਨੂੰ ਇੱਕ ਪ੍ਰਾਈਵੇਟ ਸਕੂਲ ਦਿਖ ਰਹੀਆਂ ਕਿ ਪ੍ਰਾਈਵੇਟ ਸਕੂਲਾਂ ਦੇ ਨਾਂ ਭੁੱਖੇ ਮਰ ਜਾਂਣ ਟੀਚਰ ਉਹਨਾਂ ਦੇ ਅੱਗੇ ਬੱਚੇ ਨੇ। ਪ੍ਰਾਈਵੇਟ ਸਕੂਲਾਂ ਦੀ ਟਰਾਂਸਪੋਰਟੇਸ਼ਨ ਬਾਰੇ ਵੀ ਇਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਬਾਈ ਜੀ। ਉਹ ਕਿਉਂ ਨਹੀਂ ਸੋਚਿਆ ਕਿਉਂਕਿ ਸਕੂਲ ਦੀ ਟਰਾਂਸਪੋਰਟੇਸ਼ਨ ਘੱਟ ਹੈ ਠੇਕੇਦਾਰੀ ਤੇ ਜ਼ਿਆਦਾ ਕੀ ਡਰਾਈਵਰ ਕਨੈਕਟਰਾਂ ਦੇ ਬੱਚੇ ਨਹੀਂ ਹੈ ਉਹਨਾਂ ਦੇ ਬੱਚਿਆਂ ਨੇ ਵੀ ਫੀਸਾਂ ਭਰਨੀ ਆ ਉਹਨਾਂ ਨੇ ਵੀ ਆਪਣਾ ਘਰ ਦਾ ਖਰਚਾ ਚਲਾਉਣਾ ਤੇ ਇਸ ਕਰਕੇ ਕਿਤਨਾ ਕਿਤੇ ਬਾਈ ਜੀ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਨੈਕਸਸ ਬਣਿਆ ਹੋਇਆ ਇਹ ਡਿਕਟੇਟਰ ਪਾਲਿਸੀ ਹੈ ਪ੍ਰਾਈਵੇਟ ਸਕੂਲਾਂ ਦੀ ਇਹਨੂੰ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਸਰਕਾਰੀ ਸਕੂਲ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਜਾਣ ਬੁੱਝ ਕੇ ਤਾਂ ਨਹੀਂ ਜਿਹੜਾ ਕਲਾਪਸ ਕਰਿਆ ਜਾ ਰਿਹਾ ਕਿਉਂਕਿ ਬਹੁਤ ਸਕੂਲ ਨੇ ਜਿਹੜੇ ਬੰਦ ਹੋ ਰਹੇ ਨੇ ਬਹੁਤ ਸਕੂਲ ਐਸੇ ਨੇ ਜਿਹੜੇ ਬੰਦ ਹੋਣ ਦੀ ਕਗਾਰ ਤੇ ਮੈਂ ਬ੍ਰਦਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਕਰੂੰਗਾ ਤੁਹਾਡੇ ਨਾਲ ਕਿ ਉਹ ਤੁਸੀਂ ਲਗਾ ਲਓ ਸਾਡੇ ਜਿੰਨੀਆਂ ਕਾਰਪੋਰੇਸ਼ਨਾਂ ਨੇ ਪੰਜਾਬ ਦੀਆਂ ਜਾਂ ਕਾਉਂਸਲਾਂ ਨੇ ਇਹਨਾਂ ਦੇ ਵਿੱਚ ਬਹੁਤ ਸ਼ਾਮਲਾਰ ਜ਼ਮੀਨਾਂ ਪਈਆਂ ਨੇ ਠੀਕ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਉਹ ਸ਼ਾਮਲਾਰ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਵੱਡੇ ਸਕੂਲ 4-4 5-5000 ਬੱਚੇ ਜਿਹਦੀ ਸਟਰੈਂਥ ਹੋਵੇ ਉਹ ਸਕੂਲ ਖੋਲੇ ਜਾਣ ਤੇ ਜਿਹੜੇ ਟੀਚਰ ਅੱਜ ਪ੍ਰਾਈਵੇਟ ਸਕੂਲਾਂ ਦੇ ਵਿੱਚ 15000 ਸੈਲਰੀ ਲੈ ਰਹੇ ਆ ਉਹਨਾਂ ਨੂੰ ਸਰਕਾਰੀ ਸਕੂਲਾਂ ਚਲਾਓ ਤੁਸੀਂ ਤੁਸੀਂ ਕਹਿੰਦੇ ਹੋ ਨਾ ਕਿ ਆਪਾਂ ਦੇਖੋ ਇੱਕ ਸਟੇਟਸ ਮੇਨਟੇਨ ਕਰਨਾ ਕਿਵੇਂ ਨਹੀਂ ਹੋਏਗਾ ਤੁਸੀਂ ਰੂਲ ਐਂਡ ਰੈਗੂਲੇਸ਼ਨ ਸਾਰੇ ਫਾਲੋ ਕਰੋ ਜਦੋਂ ਤੁਸੀਂ ਦੂਰੋਂ ਤਿੰਨ ਤਿੰਨ ਸਕੂਲ ਖੋਲ੍ਹ ਦੋਗੇ ਕਿਸੇ ਸ਼ਹਿਰ ਦੇ ਵਿੱਚ ਤੇ ਪ੍ਰਾਈਵੇਟ ਸਕੂਲ ਵਾਲਿਆਂ ਦੀ ਆਪੇ ਦੁਕਾਨਦਾਰੀ ਬੰਦ ਹੋ ਜਾਣੀ ਹੈ ਤੇ ਇਹ ਕਿੱਥੋਂ ਫਿਰ ਮਾਪਿਆਂ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਕਿੱਥੋਂ ਜ਼ਿਆਦਾ ਫੀਸਾਂ ਲੈ ਸਕਦੇ ਆ ਅਸੀਂ ਕਹਿੰਨੇ ਕਿ ਠੀਕ ਹੈ ਤੁਸੀਂ ਪ੍ਰਾਈਵੇਟ ਸਕੂਲ ਦੀ ਜੇ ਹੁਣ 70 ਰੁਪਏ ਫੀਸ ਹੈ 100 ਰੁਪਏ ਤੁਸੀਂ 500 ਰੁਪਏ ਕਰ ਦੋ ਉਹ ਫੇਰ ਵੀ ਬਹੁਤ ਹੱਦ ਤੱਕ ਕਿਤੇ 10% ਫੀਸ ਰਹਿ ਜਾਂਦੀ ਸਰਕਾਰੀ ਸਕੂਲ ਦੇ ਮੁਕਾਬਲੇ ਠੀਕ ਹੈ ਤੁਸੀਂ ਉਸ ਪਾਲਿਸੀ ਤੇ ਸਰਕਾਰ ਨੂੰ ਚੱਲਣਾ ਚਾਹੀਦਾ ਇਹ ਸਰਕਾਰੀ ਸਕੂਲ ਬੰਦ ਨਹੀਂ ਕਰਨੇ ਚਾਹੀਦੇ ਬਲਕਿ ਇਹਨਾਂ ਨੂੰ ਅਪਗ੍ਰੇਡ ਕਰਕੇ ਹਾਈ ਟੈਕ ਕਰੋ ਇਹਨਾਂ ਨੂੰ ਤੁਸੀਂ ਕਿਹਾ ਕਿ ਪ੍ਰਾਈਵੇਟ ਸਕੂਲ ਦੇ ਜਿਹੜੇ ਪ੍ਰਬੰਧਕ ਹੁੰਦੇ ਨੇ ਉਹ 15000 ਰੁਪਏ ਟੀਚਰ ਨੂੰ ਸੈਲਰੀ ਦਿੰਦੇ ਨੇ ਸਾਡੀ ਵੀ ਪ੍ਰਾਈਵੇਟ ਸਕੂਲ ਦੇ ਜਿਹੜੇ ਪ੍ਰਬੰਧਕ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਅਸੀਂ ਵਧੀਆ ਸਿੱਖਿਆ ਪ੍ਰੋਵਾਈਡ ਕਰਨ ਦੇ ਲਈ ਮਾਪਿਆਂ ਦੇ ਲਈ ਵਚਨਬੱਧਾਂ ਤੇ ਜਿਹੜੀ ਕਾਫੀ ਹੱਦ ਤੱਕ ਵੱਧ ਤੋਂ ਵੱਧ ਜਿਹੜੀ ਸੈਲਰੀ ਉਹ ਐਜੂਕੇਟਿਡ ਟੀਚਰਾਂ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਵਧੀਆ ਸਿੱਖਿਆ ਜਿਹੜੀ ਉਹ ਬੱਚੇ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਕਿਉਂਕਿ ਪ੍ਰਾਈਵੇਟ ਸਕੂਲ ਮਾਪਿਆਂ ਦੇ ਪੈਸਿਆਂ ਦੇ ਨਾਲ ਹੀ ਚੱਲਦੇ ਨੇ ਪਰ ਬ੍ਰਦਰ ਫੇਰ ਵੀ ਤੁਸੀਂ ਵੱਧ ਤੋਂ ਵੱਧ ਸੈਲਰੀ ਤੁਸੀਂ ਦੇਖੋ ਇੱਕ ਪਾਸੇ 80 ਲੱਖ ਰੁਪਏ ਮਹੀਨਾ ਪ੍ਰੋਫਿਟ ਹੋ ਰਿਹਾ ਚਲੋ ਆਪਾਂ ਦਾ 15000 ਸੈਲਰੀ ਲਾਈ ਹੈ ਤੁਸੀਂ 30 ਲਗਾ ਲਓ ਤੁਸੀਂ 50 ਲਗਾ ਲਓ ਫੇਰ ਵੀ ਉੱਥੋਂ ਜਾ ਕੇ 15 ਤੋਂ 20 ਲੱਖ ਰੁਪਏ ਬਣਦਾ ਕਿਤੇ 80 ਲੱਖ ਰੁਪਏ ਹਨਾ ਤੇ ਤੁਸੀਂ 15 ਤੋਂ 20 ਲੱਖ ਰੁਪਏ ਉਹਦੇ ਚੋਂ ਫੇਰ ਵੀ ਕੱਢ ਦੋ ਤੁਸੀਂ ਫੇਰ ਵੀ 60 ਲੱਖ ਪ੍ਰੋਫਿਟ ਵਿੱਚ ਤਾਂ ਹੈਗਾ ਹੀ ਨਹੀਂ ਨਾ ਆਕਰ ਬੋਝ ਤਾਂ ਮਾਪਿਆਂ ਤੇ ਹੀ ਪੈ ਰਿਹਾ ਨਾ ਪਰ ਇਹੀ ਜੇ ਸਰਕਾਰ ਚੋਂ ਫੀਸ ਲੈ ਲੈਂਦੀ ਹੈ 500 ਰੁਪਿਆ 400 ਰੁਪਿਆ ਫੀਸ ਲੈ ਲੈਂਦੀ ਹੈ ਉਹ ਬ੍ਰਦਰ ਤੁਸੀਂ ਕਾਊਂਟ ਕਰਕੇ ਦੇਖ ਲਿਓ ਇਹਨੂੰ ਇਹ ਸਾਰਾ ਉੱਥੇ ਬਰਾਬਰ ਆ ਜਾਂਦਾ ਬਿਲਕੁਲ ਜਿਹੜੀ ਟੀਚਰਾਂ ਦੀ ਜਿਹੜੀ ਸੈਲਰੀ ਹੈ ਤੇ ਜਿਹੜਾ ਖਰਚਾ ਸਕੂਲਾਂ ਦਾ ਉਹ ਉਸ ਫੀਸ ਦੇ ਵਿੱਚੋਂ 500 ਤੋਂ 700 ਰੁਪਏ ਫੀਸ ਦੇ ਵਿੱਚ ਨਿਕਲ ਸਕਦਾ ਹੈ ਅਗਲਾ ਕਦਮ ਕੀ ਹੈ ਅਗਰ ਸਰਕਾਰ ਰੈਲੈਕਸੇਸ਼ਨ ਨਹੀਂ ਦਿੰਦੀ ਤੁਹਾਡਾ ਬਰੇਦਰ ਫਾਈਟ ਕਰਨੇ ਆ ਤੇ ਸਰਕਾਰ ਨੂੰ ਅਸੀਂ ਤਾਂ ਕਰਾਂਗੇ ਅੱਗੇ ਕਿ ਜਿਹੜੀ ਇੱਕ ਜੇ ਚਲੋ ਹਾਈ ਕੋਰਟ ਮੰਨ ਲਓ ਮਾਪਿਆਂ ਦੇ ਹੱਕ ਚ ਕੋਈ ਡਿਸੀਜਨ ਨਹੀਂ ਆਉਂਦਾ ਤੇ ਸਰਕਾਰ ਨੂੰ ਇੱਕ ਅਧਿਕਾਰ ਹੈ ਉਹ ਆਰਡੀਨੈਂਸ ਆਪਣਾ ਲੈ ਕੇ ਆ ਸਕਦੀ ਹੈ ਤੇ ਉਹਨੂੰ ਪਾਸ ਕਰੇ ਤੇ ਫਿਰ ਜਿਹੜਾ ਬਿਲ ਹੈ ਇਹਨੂੰ ਲਾਗੂ ਕਰੇ ਸਕੂਲਾਂ ਤੇ ਬਹੁਤ ਮਿਹਰਬਾਨੀ ਸੋ ਇਹ ਹਰਜੀਤ ਸਿੰਘ ਪੰਨੂ ਨੇ ਜੋ ਕਾਫੀ ਧੇਰ ਤੋਂ ਜਿਹੜਾ ਬੱਚਿਆਂ ਦੀ ਫੀਸਾਂ ਦਾ ਜਿਹੜਾ ਮੁੱਦਾ ਹੈ ਉਹ ਸੋਸ਼ਲ ਮੀਡੀਆ ਥਰੂ ਚੁੱਕ ਰਹੇ ਨੇ ਸੋ ਇਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਤੇ ਅਦਾਲਤ ਤੋਂ ਉਹਨਾਂ ਨੂੰ ਬਹੁਤ ਉਮੀਦ ਹੈ ਤਾਂ ਕਿ ਉਹ ਇਹ ਜਿਹੜੇ ਮਾਪੇ ਨੇ ਇਹਨਾਂ ਦੀ ਵਾਹ ਫੜੀ ਜਾਵੇ ਕਿਉਂਕਿ ਲਾਕਡਾਊਨ ਦੌਰਾਨ ਜਿਹੜੇ ਕੰਮਕਾਰ ਨੇ ਉਹ ਬਿਲਕੁਲ ਠੱਪ ਸੀ ਪਰ ਇਸ ਵੇਲੇ ਵੀ ਸਰਕਾਰ ਵੱਲ ਤੱਕ ਰਹੇ ਨੇ ਕਿ ਸਰਕਾਰ ਉਸ ਜਿਹੜੇ ਐਜੂਕੇਸ਼ਨ ਬਿਲ ਨੂੰ ਲਾਗੂ ਕਰੇ ਤਾਂ ਕਿ ਜਿਹੜੀਆਂ ਫੀਸਾਂ ਦੇ ਵਿੱਚ ਕਟੌਤੀ ਹੋ ਸਕੇ ਕੈਮਰਾਮੈਨ ਵਰਮ ਦੇ ਨਾਲ ਗਗਨ ਸ਼ਕਲਾ ਡੇਲੀ ਪੋਸਟ ਪ ਸਸ਼ੀਕਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ